ਖਬਰਾਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ, ਵੱਡਾ ਐਲਾਨ ਕੀਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੋ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸੀ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਸੀ ਦਸੰਬਰ ਮਹੀਨੇ ਦੇ ਵਿੱਚ, ਤਾਂ ਉਹਨਾਂ ਦਿਨਾਂ ਦੇ ਵਿੱਚ ਜੋ ਪੂਰਾ ਪੰਜਾਬ ਹੈ ਉਹ ਸੋਗ ਦੇ ਵਿੱਚ ਹੁੰਦਾ ਹੈ, ਤਾਂ ਉਹਨਾਂ ਦਿਨਾਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੁਆਰਾ ਵੀ ਇੱਕ ਅਹਿਮ ਫੈਸਲਾ ਲਿਆ ਗਿਆ, ਤਾਂ ਉਹ ਕੀ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੁਆਰਾ, ਆਹ ਤੁਹਾਨੂੰ ਸੁਣਾਉਂਦੇ ਹਾਂ। ਸਰ, ਦਸੰਬਰ ਮਹੀਨਾ ਆ ਰਿਹਾ ਹੈ ਔਰ ਦਸੰਬਰ ਦੇ ਵਿੱਚ ਇੱਕੀ ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਜਿਹੜਾ ਹਫ਼ਤਾ ਹੈ, ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਉਸ ਹਫ਼ਤੇ ਦੇ ਵਿੱਚ ਸ਼ਹੀਦ ਹੋ ਗਿਆ ਸੀ। 21 ਨੂੰ 20 ਤੇ 21 ਦੀ ਰਾਤ ਨੂੰ ਕਿਲ੍ਹਾ ਛੱਡਣਾ ਪਿਆ ਅਨੰਦਪੁਰ ਸਾਹਿਬ ਦਾ, 22 ਤੇ 23 ਦੇ ਵਿੱਚ ਪਰਿਵਾਰ ਵਿਛੋੜਾ ਹੋਇਆ, 24 ਤਰੀਕ ਨੂੰ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, 25 ਤੇ 26 ਤਰੀਕ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਸੂਬਾ ਸਰਹੰਦ ਕੋਲੇ, 27-28 ਤਰੀਕ, 27 ਵੀ ਮਨਾ ਲੈਂਦੇ ਕਈ ਵਾਰੀ, 28 ਵੀ ਮਨਾ ਲੈਂਦੇ, ਦੀਵਾਰਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਚਿੰਨ੍ਹ ਦਿੱਤਾ ਗਿਆ। ਅਸਲ 'ਚ ਇਹਨੂੰ ਆਪਣੇ ਸਭਾ ਕਹਿੰਦੇ ਆ, ਇਹ ਸ਼ੋਕ ਸਭਾ ਹੈ ਅਸਲ 'ਚ। ਮੈਂ ਦੇਖਿਆ ਮੇਰੇ ਦਾਦਾ ਦਾਦੀ ਉਸ ਹਫ਼ਤੇ ਮੰਜੇ 'ਤੇ ਨਹੀਂ ਸੌਂਦੇ ਸੀ, ਥੱਲੇ ਚਾਦਰ ਵਿਛਾ ਕੇ ਸੌਂਦੇ ਸੀ। ਜਦੋਂ ਪੁੱਛਿਆ ਅਸੀਂ ਕਿ ਕੀ ਇਹ ਇੱਦਾਂ ਕਿਉਂ ਸੌਂਦੇ ਹਾਂ, ਤਾਂ ਉਹਨਾਂ ਨੇ ਕਿਹਾ ਜੀ ਇਹ ਆਪਣੇ ਗੁਰੂ ਸਾਹਿਬ ਦੇ ਚਾਰੋਂ ਸਾਹਿਬਜ਼ਾਦੇ ਅਤੇ ਨਾਲ ਹੀ 28 ਤਰੀਕ ਨੂੰ ਮਾਤਾ ਗੁਜਰੀ ਜੀ ਦਾ ਦੇਹਾਂਤ ਹੋ ਜਾਂਦਾ। ਤੋ ਇਹ ਸਾਡੇ ਲਈ ਬੜਾ ਸ਼ੋਕ ਦਾ ਦਿਨ ਹੈ, ਸ਼ੋਕ ਦਾ ਹਫ਼ਤਾ ਹੈ। ਸੋ ਸ਼ੋਕ ਸਭਾ ਹੈ ਫਤਿਹਗੜ੍ਹ ਸਾਹਿਬ ਜਿਹੜੀ ਹੁੰਦੀ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਮਾਗਮ, ਮੈਂ ਪਰਟੀਕੁਲਰਲੀ ਖਾਸ ਤੌਰ 'ਤੇ ਕਹਿਣਾ ਚਾਹੁੰਦਾ, 20 ਦਸੰਬਰ ਤੋਂ 30 ਦਸੰਬਰ ਤੱਕ ਸਰਕਾਰ ਕੋਈ ਵੀ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਕਰੂਗੀ। ਕੋਈ ਨੌਕਰੀਆਂ ਵੰਡਣ ਵਾਲਾ, ਨਿਯੁਕਤੀ ਪੱਤਰ ਦੇਣ ਵਾਲਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਫੰਕਸ਼ਨ ਜਿਹਦੇ ਵਿੱਚ ਕੋਈ ਕੋਈ DJ ਲੱਗਿਆ ਜਾਂ ਕੋਈ ਕੋਈ ਸਿੰਗਰ ਹੈ ਜਾਂ ਕੋਈ, ਪਰ ਲੋਕ ਖੈਰ ਲੋਕਾਂ ਦੇ ਆਪਣੇ ਇੰਡੀਵਿਜੁਅਲ ਪ੍ਰੋਗਰਾਮ ਨੇ, ਕਿਸੇ ਨੇ ਵਿਆਹ ਰੱਖਿਆ ਹੋਊਗਾ, ਕਿਸੇ ਨੇ ਮੰਗਣਾ ਰੱਖਿਆ ਹੋਊਗਾ, ਉਹ ਕਰ ਸਕਦੇ ਨੇ, ਪਰ ਸਰਕਾਰ ਵੱਲੋਂ 20 ਤੋਂ ਲੈ ਕੇ 30 ਦਸੰਬਰ ਤੱਕ 10 ਦਿਨ ਲਈ ਅਸੀਂ ਜਿਹੜਾ ਸਰਕਾਰ ਵੱਲੋਂ ਉਹ ਆਪ ਸ਼ੋਕ ਦੇ ਵਿੱਚ ਅਸੀਂ ਵੀ ਸ਼ਾਮਿਲ ਹੋਵਾਂਗੇ।